फ्लाई तो तुसी ऑलरेडी सारे नू बहुत कराता ते रील्स भी सारे बहुत फ्लाई कर रहे हैं। दस का तो जट्टिए तू रुसदी फिरे बस दो सूटा दा ही रौला मुंडिया सूटा दा ही रौला मुंडिया। पहला तो बहुत बहुत कंग्रेचुलेशन तुहाडी फर्स्ट मूवी का पोस्टर लॉन्च होया, किदा दी फीलिंग है, किदा दा लग रहा? फीलिंग बहुत वधिया, बहुत खुशी है, बहुत वड्डा सुपना पूरा होण जा रहा। सो बचपन च जिहड़ा कदे एवें बच्चियां वांगू भी एवें करदे हुंदे सी ना कि शीशे अगे खड़ के या अपने आप नूं इमेजिन करना, उदों इदां लगदियां हुंदियां सी वी खौरे एक चीज़ां होणियां कि नहीं, पर नहीं, जे तुसीं कुछ सोचदे हो दिलों चाहुंदे हो परमात्मा तुहानूं जरूर दिंदा। ਇਨੇ ਟਾਈਮ ਤੋਂ ਤੁਸੀਂ ਸਿੰਗਿੰਗ ਵੀ ਕਰ ਰਹੇ ਹੋ, ਫਿਰ ਹੌਲੀ ਹੌਲੀ ਹੁਣ ਤੁਹਾਡਾ ਕਰੀਅਰ ਸਿੰਗਿੰਗ ਵਾਲਾ ਵੀ ਬਹੁਤ ਵਧੀਆ ਚੱਲ ਰਿਹਾ, ਅਤੇ ਹੁਣ ਫਿਲਮਾਂ ਦੇ ਵਿੱਚ ਵੀ ਤਾਂ ਇੰਨੀ ਵੱਡੀ ਸਟਾਰਕਾਜ਼ ਨਾਲ ਕੰਮ ਕਰ ਰਹੇ ਹੋ, ਹੈ ਨਾ, ਅਤੇ ਇਹਦੀ ਕਿੰਨੀ ਕੁ ਤਿਆਰੀ ਸੀ, ਕਿੰਨਾ ਕੁ ਤੁਸੀਂ ਇਸ ਚੀਜ਼ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰ ਰਹੇ ਹੋ, ਕਿੱਦਾਂ ਦਾ ਸਾਡੀ ਪ੍ਰੈਪਰੇਸ਼ਨ ਚੱਲ ਰਹੀ? ਸਭ ਤੋਂ ਪਹਿਲਾਂ ਤਾਂ ਇਹਦੇ ਲਈ ਥੈਂਕਸ ਜਾਂਦਾ ਨਵ ਬਾਜਵਾ ਜੀ ਨੂੰ, ਜਦੋਂ ਮੈਂ ਮੂਵੀ ਦਾ ਗਾਣਾ ਕਰਨ ਗਈ ਹਾਂ ਸੋ ਉਹਨਾਂ ਨੇ ਮੈਨੂੰ ਇਸ ਚੀਜ਼ ਲਈ ਇਨਕਰੇਜ ਕੀਤਾ। ਸੋ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਅਮਿਤੋਸ਼ ਜੀ ਦਾ, ਜਿਨ੍ਹਾਂ ਨੇ ਐਜ਼ ਆ ਫੈਮਿਲੀ ਦੀ ਤਰ੍ਹਾਂ ਮੈਨੂੰ ਡੀਲ ਕੀਤਾ ਕਿ ਤੁਸੀਂ ਜ਼ਰੂਰ ਹੈ ਨਾ ਕਰੋ ਕਿ ਆਪਾਂ ਕੁਛ ਵਧੀਆ ਕਰਦੇ ਹਾਂ। ਸੋ ਸੁਪਨਾ ਤਾਂ ਸੀਗਾ ਹੀ, ਮੈਂਟਲੀ ਪ੍ਰਪੇਅਰ ਤਾਂ ਪਹਿਲਾਂ ਤੋਂ ਵੀ ਸੀਗੀ, ਇੱਕ ਦੋ ਆਫਰਸ ਆਈਆਂ ਸੀ, ਬਟ ਮੈਨੂੰ ਇਹ ਸੀਗਾ ਕਿ ਮੇਰੀ ਜਿਹੜੀ ਮਨਪਸੰਦ ਦੀ ਕਾਸਟਿੰਗ ਹੋਊਗੀ ਵੀ ਮੈਂ ਉਦੋਂ ਹੀ ਓਕੇ ਕਰੂੰਗੀ। ਸੋ ਅੱਜ ਉਹ ਦਿਨ ਆ ਗਿਆ, ਨੀਰੂ ਬਾਜਵਾ ਮੈਮ, ਦੇਵ ਖਰੌੜ ਜੀ, ਘੁੱਗੀ ਭਾਜੀ, ਹੈ ਨਾ, ਪੂਨਮ ਮੈਮ, ਮਤਲਬ ਸਾਰੀ ਕਾਸਟਿੰਗ, ਔਰ ਸਪੈਸ਼ਲੀ ਮੰਨਤ ਨੂਰ, ਅਸੀਂ ਦੋਨੋਂ ਆ ਰਹੀ ਹਾਂ ਫਸਟ ਟਾਈਮ ਇਕੱਠੀਆਂ, ਅਤੇ ਮੈਮ ਦੀ ਟਿਊਨਿੰਗ ਸਾਨੂੰ ਬਹੁਤ ਸੋਹਣੀ ਜਿਹੀ ਲੱਗ ਰਹੀ ਹੈ, ਤੁਸੀਂ ਹੁਣੇ ਇੰਨੇ ਮਤਲਬ ਫਰੈਂਡਲੀ ਹੋ ਅਤੇ ਅਸੀਂ, ਹਾਂਜੀ ਅਸੀਂ ਗੁੱਡ ਫਰੈਂਡਸ ਹਾਂ, ਤਾਂ ਸਾਡੀ ਲਾਈਨ ਵੀ ਇੱਕੋ ਹੀ ਆ, ਹੈ ਨਾ, ਸੋ ਕੁਛ ਅੱਛਾ ਹੀ ਹੋਣ ਜਾ ਰਿਹਾ, ਤੁਸੀਂ ਆ ਜਾਓ ਫਲਾਈ ਕਰਕੇ ਆ ਜਾਓ ਆ ਜਾਓ। ਅਤੇ ਕੀ ਕਹਿੰਦੇ ਆ, ਬਹੁਤ ਵਧੀਆ ਮੂਮੈਂਟਸ ਨੇ ਔਰ ਪ੍ਰਪੇਅਰ ਹੈਗੇ ਆ, ਔਰ ਕੁਛ ਚੀਜ਼ਾਂ ਬਹੁਤ ਨੇ ਉਹ ਔਨ ਸੈੱਟ ਹੀ ਹੁੰਦੀਆਂ ਨੇ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਅਸੀਂ 100% ਕੰਮ ਕਰੀਏ, ਪਰ ਬਹੁਤ ਅੱਛੀ ਸਟਾਰ ਕਾਸਟਿੰਗ ਹੈ ਨਿਰਮਲ ਰਿਸ਼ੀ ਮੈਮ ਨੇ, ਔਰ ਸਾਰਿਆਂ ਤੋਂ ਅਸੀਂ ਸਿੱਖ ਸਿੱਖ ਕੇ ਕਰਨਾ, ਕਿੰਨਾ ਕੁਛ ਸਾਨੂੰ ਸਿੱਖਣ ਨੂੰ ਮਿਲਣਾ, ਮੈਂ ਬਹੁਤ ਐਕਸਾਈਟਡ ਹਾਂ ਰੀਅਲੀ। ਥੈਂਕ ਯੂ ਗੁਰਲੇਜ਼ ਮੈਮ, ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ ਅਤੇ ਤੁਹਾਡੇ ਤਾਂ ਉਹ ਸਿਸਟਰ ਨੇ, ਅਤੇ ਕਦੇ ਤੁਹਾਡੇ ਦਿਮਾਗ 'ਤੇ ਇਸ ਚੀਜ਼ ਦਾ ਪ੍ਰੈਸ਼ਰ ਰਿਹਾ ਕਿ ਦੀਦੀ ਇੱਥੇ ਨੇ ਅਤੇ ਮੈਂ ਵੀ ਉਹਨਾਂ ਨੂੰ ਕੰਪੀਟ ਕਰਨਾ, ਜਾਂ ਕਿਸ ਦਿਮਾਗ ਇਹ ਰਿਹਾ ਕਿ ਹਾਂ ਕਿ ਮੈਂ ਕਿਸ ਤਰੀਕੇ ਨਾਲ ਉਹਨਾਂ ਦੇ ਲੈਵਲ ਤੱਕ ਪਹੁੰਚੂੰਗੀ ਜਾਂ ਕਿਸ ਤਰੀਕੇ ਨਾਲ ਮੈਂ ਉਹਨਾਂ ਨੂੰ ਬੀਟ ਕਰਨਾ, ਇਹ ਚੀਜ਼ ਕਦੇ ਦਿਮਾਗ 'ਚ ਆਈ? ਬੀਟ ਕਰਨਾ ਕਦੀ ਵੀ ਨਹੀਂ ਸੋਚਿਆ, ਕਿਉਂਕਿ ਉਹ ਤਾਂ ਮੇਰੇ ਤੋਂ ਬਹੁਤ ਸੀਨੀਅਰ ਨੇ, ਅਸੀਂ ਤਾਂ ਛੋਟੇ ਛੋਟੇ ਸੀਗੇ ਜਦੋਂ ਦੇ ਦੀਦੀ ਆਏ ਨੇ, ਹੈ ਨਾ, ਉਹਨਾਂ ਨਾਲ ਮੇਰਾ ਕਦੀ ਵੀ ਕੰਪੀਟੀਸ਼ਨ ਨਹੀਂ ਰਿਹਾ, ਔਰ ਉਹਨਾਂ ਤੋਂ ਤਾਂ ਸਿੱਖੀਆਂ ਹੀ ਨੇ ਚੀਜ਼ਾਂ, ਹੈ ਨਾ, ਉਹਨਾਂ ਨੂੰ ਦੇਖ ਦੇਖ ਕੇ, ਔਰ ਇੰਨਾ ਜ਼ਰੂਰ ਹੁੰਦਾ ਸੀ ਮੈਂ ਦੀਦੀ ਨੂੰ ਕਹਿੰਦੀ ਹੁੰਦੀ ਸੀ ਕਿ ਦੀਦੀ ਬਹੁਤ ਟਾਈਮ ਹੋ ਗਿਆ ਯਾਰ, ਕਿੱਥੇ ਕਮੀ ਆ, ਕੀ ਹੈ ਨਾ, ਵੀ ਕਿਉਂ ਨਹੀਂ, ਹੈ ਨਾ, ਇੱਦਾਂ ਹੋ ਰਿਹਾ, ਇਹ ਨਹੀਂ ਹੋ ਰਿਹਾ, ਜੋ ਜੋ ਚੀਜ਼ਾਂ ਆਪਾਂ ਸੋਚਦੇ ਹਾਂ। ਸੋ ਉਹ ਸਮਾਂ ਆ ਗਿਆ, ਉਹ ਵੀ ਬਹੁਤ ਹੈਪੀ ਹੋਣਗੇ, ਮੈਨੂੰ ਪਤਾ, ਇਹ ਉਹਨਾਂ ਲਈ ਸਰਪ੍ਰਾਈਜ਼ ਆ, ਮੂਵੀ ਦਾ ਮੈਂ ਕਿਸੇ ਨੂੰ ਨਹੀਂ ਦੱਸਿਆ ਫੈਮਿਲੀ 'ਚ, ਹੁਣ ਦੱਸੂੰਗੀ, ਉਹ ਸਾਰੇ ਇੰਟਰਵਿਊਜ਼ ਦੇਖਣਗੇ ਫਿਰ ਮੈਨੂੰ ਕਹਿਣਗੇ ਵੀ ਆ ਕੀ, ਹੈ ਨਾ। ਤੁਸੀਂ ਕਿਹਾ ਵੀ ਤੁਸੀਂ ਉਹਨਾਂ ਤੋਂ ਸਿੱਖਦੇ ਹੁੰਦੇ ਸੀ, ਅਤੇ ਉਹ ਕਿਵੇਂ ਉਹਦੇ ਟੀਚਰ ਕਿੱਦਾਂ ਸਿਖਾਉਂਦੇ ਸੀ ਉਹ ਤੁਹਾਨੂੰ, ਡਾਂਟ ਕੇ ਜਾਂ ਪਿਆਰ ਨਾਲ ਕਿਵੇਂ ਗਾਈਡ? ਤਾਂ ਨਹੀਂ, ਲਾਈਕ ਆਪਾਂ ਦੇਖੋ ਦੇਖੀ ਜਦੋਂ ਘਰ 'ਚ ਮਾਹੌਲ ਹੁੰਦਾ ਨਾ, ਇੱਦਾਂ ਵੀ ਨਹੀਂ, ਜਦੋਂ ਮਾਹੌਲ ਹੁੰਦਾ, ਜਦੋਂ ਮੈਂ ਇੱਧਰ ਨੂੰ ਆਈ ਹਾਂ ਉਦੋਂ ਤੱਕ ਦੀਦੀ ਦੀ ਮੈਰਿਜ ਹੋ ਚੁੱਕੀ ਸੀ, ਦੀਦੀ ਦੀ ਮੈਰਿਜ ਤੋਂ ਬਾਅਦ ਮੈਂ ਸਟਾਰਟ ਕੀਤਾ, ਹੈ ਨਾ, ਉਸ ਤੋਂ ਪਹਿਲਾਂ ਸਕੂਲ ਕਾਲਜ ਦੇ ਵਿੱਚ ਕੰਪੀਟੀਸ਼ਨ 'ਚ ਮੈਂ ਪਾਰਟੀਸਪੇਟ ਕਰਦੀ ਹੁੰਦੀ ਸੀਗੀ, ਅਤੇ ਬਾਕੀ ਦੇਖੋ ਦੇਖੀ ਇੱਦਾਂ ਹੁੰਦਾ ਕਿ ਜਦੋਂ ਤੁਹਾਡੇ ਬਲੱਡ 'ਚ ਹੀ ਹੈ, ਤੁਹਾਡੇ ਘਰ 'ਚ ਮਾਹੌਲ ਆ, ਤੁਸੀਂ ਕੁਛ ਚੀਜ਼ਾਂ ਵੈਸੇ ਸਿੱਖ ਜਾਂਦੇ ਹੋ ਦੇਖ ਦੇਖ ਕੇ, ਹੈ ਨਾ। ਸੋ ਬਾਕੀ ਮੋਸਟਲੀ ਜਦੋਂ ਮੈਂ ਮੋਹਾਲੀ ਸ਼ਿਫਟ ਕੀਤੀ ਹਾਂ, ਉਸ ਤੋਂ ਬਾਅਦ ਮੇਰੀ ਜਿਹੜੀ ਲਾਈਫ, ਮਤਲਬ ਮੇਰੀ ਜਰਨੀ ਆ, ਉਹ ਟੋਟਲੀ ਫਿਰ ਦੁਬਾਰਾ ਸਟਾਰਟ ਹੋਈ। ਹਾਂ, ਉਦੋਂ ਤੋਂ ਮੇਰਾ ਲਿੰਕ ਘਰ ਨਾਲੋਂ ਵੀ, ਉੱਥੋਂ ਵੀ ਸਾਰਾ ਕੁਝ ਛੱਡ ਕੇ ਮੈਂ ਇੱਕ ਵਾਰੀ ਆ ਗਈ ਸੀ ਕਿ ਮੈਂ ਆਪਣੇ ਕਰੀਅਰ 'ਤੇ ਫੋਕਸ ਕਰਨਾ। ਅਤੇ ਮੈਮ, ਸੂਟ ਤੁਸੀਂ ਬਹੁਤ ਸੋਹਣਾ ਪਾਇਆ, ਅਤੇ ਤੁਹਾਡਾ ਗਾਣਾ ਜਿਹੜਾ ਦੋ ਸੂਟ ਆ, ਅਤੇ ਉਹਦੀਆਂ ਦੋ ਲਾਈਨਾਂ ਤੁਸੀਂ ਸਾਨੂੰ ਸੁਣਾ ਦਿਓ, ਕਿਉਂਕਿ ਫਲਾਈ ਤਾਂ ਤੁਸੀਂ ਆਲਰੇਡੀ ਸਾਰਿਆਂ ਨੂੰ ਬਹੁਤ ਕਰਾਤਾ, ਅਤੇ ਰੀਲਸ ਵੀ ਸਾਰੇ ਬਹੁਤ ਫਲਾਈ ਕਰ ਰਹੇ ਆ, ਅਤੇ ਦੂਜੇ ਪਾਸੇ ਤੁਹਾਡਾ ਸੂਟ ਵੀ, ਉਹ ਸੁਣਾ। ਵਿੱਕੀ ਧਾਲੀਵਾਲ ਜੀ ਦੇ ਨਾਲ ਗਾਣਾ ਆਇਆ ਜਿਹੜਾ, ਦੱਸ ਕਾ ਤੂੰ ਜੱਟੀਏ ਤੂੰ ਰੁੱਸਦੀ ਫਿਰੇ ਬਸ ਦੋ ਕੁ ਸੂਟਾਂ ਦਾ ਹੀ ਰੌਲਾ ਮੁੰਡਿਆ ਦੱਸ ਕਾ ਤੂੰ ਜੱਟੀਏ ਤੂੰ ਰੁੱਸਦੀ ਫਿਰੇ ਬਸ ਦੋ ਕੁ ਸੂਟਾਂ ਦਾ ਹੀ ਰੌਲਾ ਮੁੰਡਿਆ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ, ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।